ਫੜਿਆ ਗਿਆ ਚੋਰਾਂ ਤੋਂ ਆਈਫੋਨ ਖਰੀਦਣ ਵਾਲਾ ਦੁਕਾਨਦਾਰ। 65 ਆਈਫੋਨ ਪੁਲਿਸ ਨੇ ਬਰਾਮਦ ਕੀਤੇ ਨੇ। ਪੁਰਾਣੇ ਫੋਨ ਖਰੀਦਣ ਵਾਲੇ ਦੇਖ ਲਓ ਇਹ ਖਬਰ, ਇੰਜ ਮੂਰਖ ਬਣਾ ਰਹੇ ਸੀ ਇਹ ਦੁਕਾਨਦਾਰ ਲੋਕਾਂ ਨੂੰ। ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ, ਮੇਜ਼ ਤੇ ਪਏ ਹੋਏ ਆਈਫੋਨ ਹੀ ਆਈਫੋਨ, 15 ਪ੍ਰੋ ਮੈਕਸ, 13 ਪ੍ਰੋ ਮੈਕਸ, 12 ਆਈਫੋਨ, 12 ਆਈਫੋਨ 11, ਹਰੇਕ ਤਰੀਕੇ ਦਾ ਆਈਫੋਨ ਦੇਖੋ ਇਹ ਮੇਜ਼ ਦੇ ਉੱਤੇ ਪਿਆ ਹੋਇਆ ਹੈ। ਦੇਖਣ ਨੂੰ ਨਵੇਂ ਨਕੌਰ ਲੱਗ ਰਹੇ ਨੇ ਪਰ ਪੁਰਾਣੇ ਫੋਨ ਨੇ ਇਹ, ਅਤੇ ਚੋਰੀ ਦੇ ਫੋਨ ਨੇ, ਲੋਕਾਂ ਦੇ ਫੋਨ ਜਿਹੜੇ ਚੋਰ ਚੋਰੀ ਕਰਦੇ ਨੇ। ਅਜਿਹੇ ਦੁਕਾਨਦਾਰ ਬੇਹੱਦ ਘੱਟ ਰੇਟਾਂ 'ਤੇ 2-3-4 ਹਜ਼ਾਰ ਰੁਪਏ ਦੇ ਵਿੱਚ ਇਹਨਾਂ ਆਈਫੋਨਾਂ ਨੂੰ ਖਰੀਦ ਲੈਂਦੇ ਨੇ ਅਤੇ ਬਾਅਦ ਦੇ ਵਿੱਚ ਇਹਨਾਂ ਦਾ ਪਾਸਵਰਡ ਵਗੈਰਾ ਖੋਲ੍ਹ ਕੇ ਅਨਲੋਕ ਕਰਕੇ ਇਹਨੂੰ ਲੋਕਾਂ ਨੂੰ ਸੈਕਿੰਡ ਹੈਂਡ ਰੇਟ 'ਤੇ ਵੇਚ ਦਿੰਦੇ ਨੇ, ਜਿਸ ਕਰਕੇ ਇਹ ਸਾਰੇ ਹੁਣ ਜਿਹੜੇ ਆਈਫੋਨ ਨੇ IEMI ਨੰਬਰ ਤੋਂ ਪੁਲਿਸ ਨੇ ਇਹਨਾਂ ਦਾ ਪਤਾ ਲਗਾਇਆ ਅਤੇ ਇਹਨਾਂ ਦੁਕਾਨਦਾਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਨਿੱਕੀ ਉਮਰ ਦੇ ਇਹ ਦੋ ਨੌਜਵਾਨ ਜਿਨ੍ਹਾਂ ਨੇ ਚੋਰਾਂ ਤੋਂ ਪਤਾ ਨਹੀਂ ਕਿੰਨੇ ਆਈਫੋਨ ਖਰੀਦ ਕੇ ਵੇਚ ਦਿੱਤੇ। ਚੋਰ ਲੁਟੇਰੇ ਜਿਹੜੇ ਤੁਹਾਡੇ ਫੋਨ, ਖਬਰ ਤੁਹਾਡੇ ਲਈ ਹੈ, ਜਿਹੜੇ ਤੁਹਾਡੇ ਫੋਨ ਚੋਰੀ ਹੁੰਦੇ ਨੇ, ਚੋਰ ਚੋਰੀ ਕਰਕੇ ਲੈ ਜਾਂਦੇ ਨੇ, ਲੁਟੇਰੇ ਹੱਥੋਂ ਖਿੱਚ ਕੇ ਲੈ ਜਾਂਦੇ ਨੇ, ਸਨੈਚਰ ਲੈ ਜਾਂਦੇ ਨੇ, ਉਹ ਚੋਰ ਲੁਟੇਰੇ ਇਸ ਤਰੀਕੇ ਦੇ ਦੁਕਾਨਦਾਰ ਕੋਲ ਜਾਂਦੇ ਨੇ, ਆਈਫੋਨ ਮਿੱਟੀ ਦੇ ਭਾਅ ਵੇਚ ਦਿੰਦੇ ਨੇ, ਕਿਉਂਕਿ ਉਹਨਾਂ ਨੂੰ ਨਸ਼ਾ ਕਰਨਾ ਹੁੰਦਾ ਹੈ। ਅਤੇ ਇਹ ਜਿਹੜੇ ਇੱਦਾਂ ਦੇ ਦੁਕਾਨਦਾਰ ਹਜ਼ਾਰਾਂ ਲੱਖਾਂ ਰੁਪਏ ਦੇ ਲਾਲਚ ਦੇ ਵਿੱਚ ਉਹ ਆਈਫੋਨ ਖਰੀਦਦੇ ਨੇ, ਉਹਨਾਂ ਦਾ ਲੌਕ ਜਿਹੜਾ ਉਹਨਾਂ ਨੂੰ ਖੋਲ੍ਹਦੇ ਨੇ ਅਤੇ ਆਮ ਲੋਕ ਜਿਹੜੇ ਤੁਹਾਡੇ ਮੇਰੇ ਵਰਗੇ ਆ ਉਹਨਾਂ ਨੂੰ ਸੈਕਿੰਡ ਹੈਂਡ ਵੇਚ ਦਿੰਦੇ ਨੇ। ਤਾਂ ਸੈਕਿੰਡ ਹੈਂਡ ਫੋਨ ਲੈਣ ਵਾਲੇ ਜ਼ਰੂਰ ਦੇਖਣ ਇਹ ਖਬਰ, ਅਤੇ ਮੇਜ਼ 'ਤੇ ਪਏ ਹੋਏ ਆਈਫੋਨਾਂ ਬਾਰੇ ਆਓ ਪੁਲਿਸ ਦੇ ਕੋਲੋਂ ਜਾਣਕਾਰੀ ਹਾਸਲ ਕਰਦੇ ਹਾਂ ਕਿ ਇਹਨਾਂ ਨੇ ਇਸ ਦੁਕਾਨਦਾਰ ਨੂੰ ਗ੍ਰਿਫਤਾਰ ਕਿੱਦਾਂ ਕੀਤਾ। ਤੁਹਾਨੂੰ ਦੱਸ ਦਈਏ ਕਿ ਖਬਰ ਬਠਿੰਡਾ ਤੋਂ ਸਾਹਮਣੇ ਆ ਰਹੀ ਹੈ। ਰਮਨਦੀਪ ਸਿੰਘ ਭੰਗੂ ਨਾਂ ਦਾ ਬੰਦਾ ਵਾ ਜਿਹੜਾ ਦੁਕਾਨ ਚਲਾ ਰਿਹਾ ਆਈ ਡਿਵਾਈਸ ਫਿਕਸਰ ਨੇੜੇ ਫਾਇਰ ਬ੍ਰਿਗੇਡ, ਉੱਥੇ ਕਿਰਾਏ 'ਤੇ ਦੁਕਾਨ ਕਰਦਾ ਵਾ। ਇੱਥੇ ਅਸੀਂ ਕਾਬੂ ਕੀਤਾ ਵਾ, ਸਾਨੂੰ ਮੁਖਰੀ ਹੋਈ ਸੀ ਵੀ ਇਹ ਵੱਖ ਵੱਖ ਫੋਨ ਜਿਹੜੇ ਚੋਰੀ ਦੇ ਹੋਏ ਨੇ ਉਹਨਾਂ ਦੇ ਸਪੇਅਰ ਪਾਰਟ ਚੇਂਜ ਕਰਕੇ ਅੱਗੇ ਲੋਕਾਂ ਨੂੰ ਮਹਿੰਗੇ ਭਾਅ ਵੇਚ ਦਿੰਦਾ ਵਾ। ਉਹ 'ਤੇ ਅਸੀਂ ਕਾਰਵਾਈ ਕਰਦੇ ਹੋਏ ਇਹ ਤੋਂ ਅਸੀਂ ਟੋਟਲ 68 ਫੋਨ 68 ਫੋਨ ਬਰਾਮਦ ਕਰੇ ਨੇ। 65 ਫੋਨ ਆਈਫੋਨ ਨੇ, 2 ਓਪੋ ਦੇ ਨੇ ਅਤੇ 1 ਨੋਕੀਆ ਦਾ ਵਾ। ਇਹਦੀ ਪੁੱਛਗਿੱਛ ਦੇ ਆਧਾਰ 'ਤੇ ਅੱਗੇ ਅਸੀਂ ਇੱਕ ਸਾਹਿਲ ਉਰਫ ਬਿੱਲਾ ਨਾਂ ਦਾ ਬੰਦਾ ਸੁਲਤਾਨਵਿੰਡ ਰੋਡ ਅੰਮ੍ਰਿਤਸਰ ਦਾ ਰਹਿਣ ਵਾਲਾ, ਉਹਨੂੰ ਅਸੀਂ ਕੱਲ੍ਹ ਗ੍ਰਿਫਤਾਰ ਕੀਤਾ ਵਾ। ਇਹਨਾਂ ਤੋਂ ਅੱਗੇ ਪੁੱਛਗਿੱਛ ਜਾ ਰਹੀ ਹੈ, ਤਫਤੀਸ਼ ਜਾ ਰਹੀ ਹੈ। ਸਰ ਕਿਸ ਤਰ੍ਹਾਂ ਦੇ ਆਈਫੋਨ ਸੀ ਪੁਰਾਣੇ ਮਾਡਲ ਕਿ ਮਹਿੰਗੇ ਲੇਟੈਸਟ? ਇਹ ਸਾਰੇ ਮਹਿੰਗੇ ਆ ਜੀ, ਆਈਫੋਨ 15, 14, 13 ਪ੍ਰੋ ਮੈਕਸ ਸਾਰੇ ਮਹਿੰਗੇ ਫੋਨ ਨੇ। ਸਰ ਅੱਗੇ ਵੇਚਦੇ ਵੀ ਸੀ, ਹੁਣ ਤੱਕ ਤਬਦੀਲ ਸਾਹਮਣੇ ਆਇਆ ਕੀ ਕਰਦੇ ਸੀ ਅੱਗੇ? ਇਹ ਤਫਤੀਸ਼ ਕਰ ਰਹੇ ਹਾਂ ਜੀ, ਇਹਨਾਂ ਬਾਰੇ ਡਾਟਾ ਲੈ ਰਹੇ ਹਾਂ ਵੀ ਕਿੱਥੋਂ ਕਿੱਥੋਂ ਚੋਰੀ ਹੋਏ ਨੇ, ਕਿਉਂਕਿ ਉਹਨਾਂ ਪਤਾ ਨਹੀਂ ਹਜੇ ਕਲੀਅਰ ਨਹੀਂ ਹੋਇਆ। ਇਹ ਤਫਤੀਸ਼ ਦਾ ਹਿੱਸਾ ਵਾ ਵੀ ਕਿੱਥੋਂ ਕਿੱਥੋਂ ਫੋਨ ਆਏ ਨੇ ਇਹਦੇ ਕੋਲ, ਪਰ ਇੰਨੇ ਫੋਨ ਆਉਣੇ ਬਹੁਤ ਵੱਡੀ ਗੱਲ ਆ। ਸਰ ਲੱਗਦਾ ਗਿਣਤੀ ਹੋਰ ਅੱਗੇ ਵੱਧ ਸਕਦੀ ਹੈ ਲੋਕਾਂ ਦੀ ਵੀ ਔਰ ਮੋਬਾਈਲ ਫੋਨ ਦੀ ਵੀ? ਬਿਲਕੁਲ ਵਧੂਗੀ ਜੀ, ਕਿਉਂਕਿ ਪੁਲਿਸ ਵੱਲੋਂ ਵੀ ਸਮੇਂ ਸਮੇਂ ਦੁਕਾਨਦਾਰਾਂ ਨੂੰ ਵੀ ਗਾਹ ਕੀਤਾ ਜਾਂਦਾ, ਜਿਵੇਂ ਸਿਮ ਕਾਰਡ ਵੇਚਦੇ ਨੇ ਵੀ ਜੇ ਕਿਸੇ ਨੂੰ ਵੇਚਦੇ ਨੇ ਤਾਂ ਉਹਦਾ ਰਿਕਾਰਡ ਰੱਖਿਆ ਜਾਵੇ, ਜੇ ਕੋਈ ਪੁਰਾਣਾ ਫੋਨ ਵੀ ਲੈਂਦੇ ਨੇ ਤਾਂ ਉਹਦਾ ਵੀ ਆਧਾਰ ਕਾਰਡ ਵਗੈਰਾ ਕੋਈ ID ਪ੍ਰੂਫ ਲੈ ਕੇ ਰੱਖਿਆ ਜਾਵੇ। ਪਰ ਅਜਿਹਾ ਕੁਛ ਵੀ ਇਹਦੇ ਕੋਲ ਨਹੀਂ ਪਾਇਆ ਗਿਆ, ਇਹਨਾਂ ਬਾਰੇ ਕੋਈ ਸਪਸ਼ਟ ਨਹੀਂ ਕਰ ਸਕਿਆ ਵੀ 68 ਫੋਨ ਕਿੱਥੋਂ ਆਏ ਨੇ, ਕਿਸ ਦੇ ਨੇ, ਕੁਛ ਨਹੀਂ ਹੈ। 2 ਬੰਦੇ ਗ੍ਰਿਫਤਾਰ ਹੋ ਚੁੱਕੇ ਨੇ।